ਮਿਹਨਤ ਅਸੀਂ ਤਾਂ ਹੀ ਕਰਦੇ ਆਂ ਜੇ ਗੋਲ ਪਤਾ ਹੋਵੇ ਤੇ ਗੋਲ ਦਿਖਦਾ ਹੋਵੇ ਗੋਲ ਦਿਖਦਾ ਨਹੀਂ ਹੈ ਇਸ ਲਈ ਸ਼ਾਇਦ ਮਿਹਨਤ ਨਹੀਂ ਕਰਦੇ ਮੈਂ ਅਪਰੀਸ਼ੀਏਟ ਕਰਦਾ ਵੈਸੇ ਮਾਲਵੇ ਇਲਾਕੇ ਦੇ ਵਿਦਿਆਰਥੀ ਕਿਉਂਕਿ ਉਹ ਮਿਹਨਤ ਕਰਦੇ ਨੇ ਮਾਸਟਰ ਕੈਡਰ ਦੀ ਤਿਆਰੀ 2-2 ਸਾਲ ਤੱਕ ਕਰਦੇ ਨੇ ਸੋ ਇਹ ਜਿਹੜੀ ਵੀਡੀਓ ਹੈ ਇਸ ਲਈ ਪਾਉਣ ਜਾ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਲ ਦੇ ਅੰਤ ਤੱਕ ਮਾਸਟਰ ਕੈਡਰ ਦੀਆਂ ਪੋਸਟਾਂ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਗਈ ਹੈ ਉਸ ਦੇ ਕਈ ਕਾਰਨ ਨੇ ਉਹ ਮੈਂ ਅੱਗੇ ਚਲ ਕੇ ਦਸ ਦੇ ਨਾ ਇਹ ਦੂਜੀ ਵੱਡੀ ਖਬਰ ਇਹ ਹੈ ਕਿ ਸਕੂਲ ਲੈਕਚਰਰਸ਼ਿਪ ਦੀਆਂ ਜੋ ਪੋਸਟਾਂ ਹਨ ਉਹ ਵੀ ਆਉਣ ਦੀ ਸੰਭਾਵਨਾ ਵੱਧ ਗਈ ਹੈ ਇੱਥੋਂ ਤੱਕ ਵੀ ਡਾਇਰੈਕਟ ਖਬਰ ਨਹੀਂ ਹੈ ਇਹ ਜੋ ਅਥਾਰਟੀ ਦੇ ਨਾਲ ਲਿੰਕ ਹੁੰਦਾ ਹੈ ਉਸ ਤੋਂ ਇਹ ਖਬਰ ਸਾਨੂੰ ਮਿਲਦੀ ਹੈ ਕਿ ਫਾਰ ਐਗਜ਼ਾਮਪਲ 150 ਦੇ ਕਰੀਬ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਵੀ ਆ ਰਹੀਆਂ ਨੇ ਦੇਖੋ ਜਿਹੜੀ ਲੈਕਚਰਸ਼ਿਪ ਦੀ ਪੋਸਟ ਹੈ 10+1 2 ਨੂੰ ਟੀਚ ਕਰਨ ਲਈ ਤੁਸੀਂ ਐਲੀਜੀਬਲ ਨਾ ਸੌਰੀ ਇਹ ਕੰਪਲੀਟ ਕਰਨਾ ਹੈ ਉਹਦੀ ਨੰਬਰ ਆਫ ਪੋਸਟ ਬਹੁਤ ਘੱਟ ਹੁੰਦੀਆਂ ਹਨ ਪਿਛਲੇ ਵੀਡੀਓ ਚ ਮੈਂ ਦੱਸਿਆ ਸੀਗਾ 뮤ਜ਼ਿਕ ਦੀਆਂ ਲਗਭਗ 25 45 ਕੋਈ 200 300 400 ਇੱਥੇ ਤੱਕ ਮੈਕਸਿਮਮ ਹੋ ਸਕਦੀਆਂ ਨੇ ਲੇਕਿਨ ਤੁਸੀਂ ਪਹਿਲਾਂ ਹੀ ਉੱਚੀ ਛਲਾਂਗ ਮਾਰਦੇ ਹੋ ਉਹਦੀ ਐਲੀਜੀਬਿਲਟੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਪੋਸਟ ਗ੍ਰੈਜੂਏਸ਼ਨ ਉਸ ਸਬਜੈਕਟ ਦੀ ਚਾਹੀਦੀ ਹੈ ਦੂਸਰਾ ਤੁਹਾਡੀ ਜਿਹੜੀ ਹੈ ਬੀਐਡ ਦੇ ਵਿੱਚ ਪੈਡਾਗੋਜੀ ਸਬਜੈਕਟ ਉਸੇ ਸਬਜੈਕਟ ਦਾ ਚਾਹੀਦਾ ਹੈ ਇੱਕ ਵੀਡੀਓ ਮੈਂ ਵੱਖਰੇ ਤੌਰ ਤੇ ਪਾ ਦੇਵਾਂਗਾ ਇਹ ਐਲੀਜੀਬਿਲਟੀ ਸ਼ਾਇਦ ਚੇਂਜ ਹੋਣ ਦੇ ਅਸਾਰ ਹਨ ਇਹ ਖਬਰ ਵੀ ਹੈ ਬੇਸਿਕ ਕਲੈਰਿਟੀ ਅਗਲੇ ਵੀਡੀਓ ਵਿੱਚ ਕਰ ਦੇਵਾਂਗਾ ਸੋ ਮਾਸਟਰ ਕਿਡਰ ਦੀਆਂ ਵੀ ਪੋਸਟਾਂ ਆ ਰਹੀਆਂ ਹਨ ਲੈਕਚਰਸ਼ਿਪ ਦੀਆਂ ਵੀ ਆ ਰਹੀਆਂ ਹਨ ਇਸ ਦੀ ਤਿਆਰੀ ਲਈ ਸਾਰਿਆਂ ਨੂੰ ਹਲੰਬਾ ਹੰਬਲਾ ਮਾਰਨ ਦੀ ਕਿਉਂ ਜ਼ਰੂਰਤ ਹੈ ਜਿਨ੍ਹਾਂ ਦਾ ਪੀਐਸਟੈਟ ਕਲੀਅਰ ਨਹੀਂ ਹੈ ਉਹ ਉੱਥੇ ਜ਼ੋਰ ਦੇਣ ਜਿਨ੍ਹਾਂ ਦੇ ਜੇ ਪੀਐਸਟੈਟ ਕਲੀਅਰ ਹੈ ਤੇ ਸਿਲੈਕਸ਼ਨ ਟੈਸਟ ਦੀ ਤਿਆਰੀ ਲਈ ਜਾਦਾ ਜ਼ਰੂਰਤ ਹੈ ਮੈਂ ਪਿਛਲੀ ਮੈਰਿਟ ਲਿਸਟ ਪਾਈ ਸੀ ਲਗਭਗ ਸੋਸ਼ਲ ਸਾਇੰਸ ਵਿੱਚ 150 ਦੇ ਵਿੱਚੋਂ 145 144 143 ਤੱਕ ਮੈਰਿਟ ਜਾਂਦੀ ਹੈ ਹਾਇਰ ਟਾਪਰ ਦੀ ਗੱਲ ਕਰ ਰਿਹਾ ਹਾਂ ਮੈਂ ਮੈਥਸ ਬਾਕੀ ਸਾਰੇ ਸਬਜੈਕਟਸ ਵਿੱਚ ਪਿਛਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਸੋ ਉਹਦੇ ਵਿੱਚ ਉੱਪਰ ਵਾਲੇ ਰੈਂਕ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਕਰਨਾ ਪੈਂਦਾ ਹੈ ਉਸ ਲਈ ਤੁਹਾਨੂੰ ਤਿਆਰੀ ਹੁਣ ਤੋਂ ਹੀ ਕਰਨੀ ਪਵੇਗੀ ਅੱਛਾ ਤਿਆਰੀ ਸਿਰਫ ਇੱਕ ਸੋਰਸ ਤੋਂ ਨਹੀਂ ਕਰਨੀ ਮੈਂ ਅਜੇ ਹਣੀ ਕਹਾਂਗਾ ਕਿ ਮੇਰੇ ਚੈਨਲ ਨੂੰ ਅਪਣਾ ਲਓ ਸਿਰਫ ਇੱਥੋਂ ਤਿਆਰੀ ਕਰੋ ਇਹ ਸਭ ਤੋਂ ਵਧੀਆ ਹੈ ਇਸ ਤਰ੍ਹਾਂ ਨਹੀਂ ਹੈ ਮਲਟੀ ਦੀ ਸੋਰਸ ਐਂਡ ਮਲਟੀਮੀਡੀਆ ਤੋਂ ਤਿਆਰੀ ਕਰਨ ਦੀ ਜ਼ਰੂਰਤ ਹੈ ਮਲਟੀਮੀਡੀਆ ਦਾ ਮਤਲਬ ਹੈ ਰੀਡਿੰਗ ਵੀ ਕਰਨੀ ਹੈ ਮੈਂ ਸੁਣਨਾ ਵੀ ਹੈ ਡਿਸਕਸ਼ਨ ਵੀ ਕਰਨੀ ਹੈ YouTube ਚੈਨਲ ਵੀ ਦੇਖਣਾ ਹੈ ਸੈਲਫ ਸਟਡੀ ਵੀ ਕਰਨੀ ਹੈ ਨੋਟਸ ਵੀ ਬਣਾਉਣੇ ਹਨ ਔਰ ਰਿਫਲੈਕਟ ਵੀ ਕਰਨਾ ਹੈ ਡਿਸਕਸ ਵੀ ਕਰਨਾ ਹੈ ਇਹ ਮਲਟੀਮੀਡੀਆ ਦੀ ਐਗਜ਼ਾਮਪਲ ਹੋ ਗਈ ਸੋ ਮਲਟੀ ਸੋਰਸ ਵੀ ਅਪਣਾਉਣੇ ਹਨ ਕਿ ਤੁਸੀਂ ਆਪਣੇ ਟੀਚਰ ਨਾਲ ਵੀ ਕੰਸਲਟ ਕਰੋ ਤੁਸੀਂ YouTube ਜਿਹੜਾ ਵੀ ਅੱਛਾ ਲੱਗਦਾ ਹੈ ਸਟਡੀ ਮਟੀਰੀਅਲ ਕਿਤੇ ਮਿਲਦਾ ਹੈ ਉਸ ਨਾਲ ਕੰਸਲਟ ਕਰੋ ਹਾਂ ਸਾਡਾ ਚੈਨਲ ਤੁਹਾਡੇ ਲਈ ਕੀ ਕਰ ਸਕਦਾ ਹੈ ਕਿ ਜਲਦੀ ਹੀ ਫ੍ਰੀ ਮੌਕ ਟੈਸਟ ਸ਼ੁਰੂ ਕੀਤਾ ਜਾਏਗਾ ਜਿਹਦੇ ਵਿੱਚ ਤੁਸੀਂ انرੋਲ ਹੋ ਕੇ ਆਪਣੀ ਇਵੈਲੂਏਸ਼ਨ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਕਿ ਕਿੰਨੀ ਗਰੋਥ ਹੋ ਰਹੀ ਹੈ ਕਿੰਨੀਆਂ 에ਰਰ ਕਿੰਨੀਆਂ ਮਿਸਟੇਕ ਹੋ ਰਹੀਆਂ ਕਿਹੜਾ ਏਰੀਆ ਮੇਰਾ ਵੀਕ ਹੈ ਉਹ ਪਤਾ ਲੱਗ ਜਾਏਗਾ ਸੋ ਇਹ ਕੰਟੀਨਿਊਸ ਪ੍ਰੋਸੈਸ ਹੈ ਇਹ ਸੋਚ ਲੈਣਾ ਕਿ ਪੋਸਟਾਂ ਨਹੀਂ ਆਣਗੀਆਂ ਅਜਿਹਾ ਨਹੀਂ ਹੋਏਗਾ ਦੂਸਰਾ ਵੱਡਾ ਕਾਰਨ ਪੋਸਟਾਂ ਆਉਂਦਾ ਇਹ ਹੈ ਕਿ ਹਾਲ ਹੀ ਵਿੱਚ ਜਨਰਲ ਇਲੈਕਸ਼ਨ ਜਿਹੜੇ ਹੋਏ ਹਨ ਉਹਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਹਨ ਉਹਨਾਂ ਦੀ ਵੋਟਾਂ ਦੀ ਗਿਣਤੀ ਘਟੀ ਹੈ ਜਾਂ ਹਾਰਨ ਦੀ ਤਾਦਾਦ ਥੋੜੀ ਵਧੀ ਹੈ ਤੇ ਇਹ ਫੀਡਬੈਕ ਹੁੰਦੀ ਹੈ ਉਸ ਸਰਕਾਰ ਲਈ ਕਿ ਸਾਡੀ ਪਰਫਾਰਮੈਂਸ ਤੋਂ ਜਨਤਾ ਕਿੰਨੀ ਖੁਸ਼ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਜਨਤਾ ਦੀ ਖੁਸ਼ੀ ਸਾਡੇ ਨਾਲ ਘਟੀ ਹੈ ਤਾਂ ਇਟ ਉਦੋਂ ਪਾਲਿਸੀ ਨੂੰ ਚੇਂਜ ਕੀਤਾ ਜਾਂਦਾ ਹੈ ਤੁਹਾਡੇ ਫੇਵਰ ਵਿੱਚ ਹੋਰ ਕੰਮ ਕੀਤੇ ਜਾਂਦੇ ਹਨ ਤੇ ਆਮ ਆਦਮੀ ਪਾਰਟੀ ਨੇ ਪਹਿਲਾਂ ਤੋਂ ਹੀ ਦੋ ਮੁੱਦੇ ਸਭ ਤੋਂ ਪਹਿਲਾਂ ਜਿਆਦਾ ਚੁੱਕੇ ਹਨ ਉਹ ਉਹਨਾਂ ਵਿੱਚੋਂ ਹੈਲਥ ਤੇ ਐਜੂਕੇਸ਼ਨ ਰਿਹਾ ਹੈ ਸੋ ਇਹ ਐਜੂਕੇਸ਼ਨ ਲਈ ਜੇ ਬਿਨਾ ਟੀਚਰ ਤੋਂ ਨਹੀਂ ਹੋ ਸਕਦਾ ਸੋ ਉਹਨਾਂ ਦਾ ਪਹਿਲਾਂ ਵੀ ਵਾਅਦਾ ਸੀ ਹੁਣ ਉਹ ਜ਼ਿਆਦਾ ਮੇਰੇ ਖਿਆਲ ਚ ਜੇ ਇਹ ਫੀਡਬੈਕ ਕੰਮ ਕਰੇਗੀ ਮੈਂ ਕਦੇ ਵੀ ਪਰਫੈਕਟ ਆਸ ਨਹੀਂ ਰੱਖਦਾ ਉਸ ਤੋਂ ਬਿਨਾ ਸੋ ਇਹ ਆਸ ਰੱਖੀ ਜਾ ਸਕਦੀ ਹੈ ਕਿ ਹੁਣ ਪੋਸਟ ਇਸ ਫੀਡਬੈਕ ਦੀ ਲਾਈ ਸੋ ਪੋਲੀਟੀਕਲ ਫੀਡਬੈਕ ਦੀ ਇਹ ਵੋਟਰ ਦੀ ਜਿਹੜੀ ਪਾਰਟਿਸਪੇਸ਼ਨ ਹੈ ਉਸ ਨੇ ਜੋ ਫੀਡਬੈਕ ਪੰਜਾਬ ਨੂੰ ਦਿੱਤੀ ਹੈ ਉਹਦੀ ਲਾਈਟ ਵਿੱਚ ਇਹ ਪੋਸਟਾਂ ਆ ਰਹੇ ਹਨ ਸਾਨੂੰ ਇੱਕਦਮ ਕਿਸੇ ਦੇ ਫੋਨ ਤੋਂ ਇਹ ਖਬਰ ਬਿਲੀ ਸੀ ਇਸ ਲਈ ਇਹ ਤੁਹਾਨੂੰ ਸਿੱਧਾ ਦੱਸ ਰਹੇ ਹਾਂ ਸੋ ਜੋ ਲੋਕ ਥੋੜੇ ਮੋਟੀਵੇਟ ਨੇ ਨਿਰਾਸ਼ਾਵਾਦ ਨੇ ਉਹਨਾਂ ਨਿਰਾਸ਼ਾ ਨੂੰ ਫੈਲਾ ਰਹੇ ਨੇ ਉਹਨਾਂ ਨੂੰ ਘੱਟ ਸੁਣਨਾ ਹੈ ਆਪਣੇ ਆਪ ਨੂੰ ਮੋਟੀਵੇਸ਼ਨ ਲੱਭਣੀ ਹੈ ਗੋਲ ਆਪ ਸੈੱਟ ਕਰਨਾ ਹੈ ਔਰ ਆਪਣਾ ਸਟੱਡੀ ਮਟੀਰੀਅਲ ਜਿਹੜਾ ਹੈ ਉਸ ਵੱਲ ਝਾਤੀ ਮਾਰਨ ਦੀ ਇਹ ਸ਼ੁਰੂਆਤ ਕਰ ਦਿਓ ਤੇ ਸ਼ੁਰੂਆਤ ਉੱਥੋਂ ਕਰੋ ਜੇ ਘੱਟ ਮੋਟੀਵੇਟਿਡ ਹੋ ਜਿਹੜਾ ਆਸਾਨ ਹੈ ਉਸ ਨੂੰ ਪੜ੍ਹਨਾ ਸ਼ੁਰੂ ਕਰੋ ਜੇ ਤੁਸੀਂ ਮੋਟੀਵੇਟਿਡ ਹੋ ਤਾਂ ਡਿਫਿਕਲਟ ਤੋਂ ਸ਼ੁਰੂ ਕਰ ਸਕਦੇ ਆ ਸਾਡੇ ਤੋਂ ਤੁਸੀਂ ਕੀ ਆਸ ਰੱਖ ਸਕਦੇ ਹੋ ਸਾਡੇ ਨਾਲ ਕਮੈਂਟ ਕਰ ਸਕਦੇ ਹੋ نیچے ਲਿੰਕ ਦਿੱਤਾ ਗਿਆ ਹੈ ਉਸ ਗਰੁੱਪ ਦੇ ਮੈਂਬਰ ਬਣ ਸਕਦੇ ਹੋ ਜਾਂ ਅਗਲੇ ਵੀਡੀਓ ਵਿੱਚ ਇਸ ਦੀ ਡਿਟੇਲ ਦੇ ਦਿੱਤੀ ਜਾਂਦੀ ਹੈ ਦਿੱਤੀ ਜਾਏਗੀ ਕਿ ਸਿਲੈਕਸ਼ਨ ਟੈਸਟ ਦੇ ਜਿਹੜੇ ਮੌਕ ਟੈਸਟ ਹੋ ਰਹੇ ਨੇ ਉਸ ਵਿੱਚ ਤੁਸੀਂ ਉਹ ਗਰੁੱਪ ਦੇ ਮੈਂਬਰ WhatsApp ਦੇ ਬਣਦੇ ਹੋ ਤਾਂ ਤੁਹਾਨੂੰ ਬਾਕੀ ਇਨਫੋਰਮੇਸ਼ਨ ਵੀ ਨਾਲ-ਨਾਲ ਸ਼ੇਅਰ ਕਰ ਦਿੱਤੀ ਜਾਏਗੀ ਸੋ ਆਪਣੇ ਆਪ ਤੋਂ ਆਸ ਰੱਖੋ ਆਪਣੇ ਯੁੱਗ ਤੋਂ ਕਿੰਨੀ ਵੀ ਪੋਲਿਟੀਕਲ ਤੋਂ ਕਿੰਨੀ ਆਸ ਰੱਖਣੀ ਹੈ ਲੇਕਿਨ ਆਪਣੇ ਆਪ ਤੋਂ ਆਸ ਜ਼ਰੂਰ ਰੱਖੋ ਥੈਂਕ ਯੂ ਡਾਕਟਰ ਤੀਰਸਿੰਘ ਲਾਟੋ ਐਕਚੁਅਲਸ